ਮੇਰਾ ਨਾਮ ਗੁਰਪ੍ਰੀਤ ਸਿੰਘ ਖਹਿਰਾ, ਪਿੰਡ ਮੁਲਲ ਖਹਿਰਾ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ, ਪੰਜਾਬ ਦਾ ਰਹਿਣ ਵਾਲਾ ਹਾਂ। ਮੈਂ 20 ਕਿੱਲੇ ਆਲੂ ਦੀ ਖੇਤੀ ਕਰਦਾ ਹਾਂ ਅਤੇ ਸੀਡ ਹੀ ਤਿਆਰ ਕਰਦਾ ਆਲੂ ਦਾ, ਅਤੇ ਮੇਰੇ ਪਾਸ ਮੈਸਟੋ ਦਵਾਈ ਬਹਿਰ ਕੰਪਨੀ ਵਾਲੇ ਆਏ ਅਤੇ ਉਹਨਾਂ ਨੇ ਮੈਨੂੰ ਡੈਮੋ ਦਿੱਤਾ। ਮੈਂ ਡੈਮੋ ਲਾਇਆ, ਡੈਮੋ ਲਾ ਕੇ ਮੈਂ ਇਹ ਦੇਖਿਆ ਉਹਦੇ ਵਿੱਚ ਫਰਕ, ਇਹ ਉੱਗਣ ਸ਼ਕਤੀ ਵੀ ਦੂਜੇ ਆਲੂਆਂ ਨਾਲੋਂ ਪਹਿਲਾਂ ਉੱਗੇ, ਫਿਰ ਤੰਦਰੁਸਤ ਵੇਲ ਵੀ ਤੰਦਰੁਸਤ ਰਹੀ ਇਹਨਾਂ ਦੀ। 3 ਮੀਟਰ ਦੀ ਸਾਡੇ ਕੋਲੋਂ ਅਸੀਂ ਦੋਨਾਂ ਖੱਤਿਆਂ ਵਿੱਚ 3 ਮੀਟਰ, ਦੂਜਾ ਜਿਹੜੇ ਹੋਰ ਦਵਾਈ ਲਾਏ ਸੀ ਉਹਦਾ ਤਾਂ 3 ਮੀਟਰ ਹੀ ਇਹਦਾ, ਅਤੇ ਅਸੀਂ ਉਹਦੇ ਵਿੱਚ ਜਦੋਂ ਉਹਦੀ ਬਾਅਦ 'ਚ ਪੱਧਰ ਰੱਖ ਕੇ ਨਾ ਜਗ੍ਹਾ 'ਤੇ ਇੱਕ ਉਹਨੂੰ ਤੋਲਿਆ, ਉਹ ਨਿਕਲਿਆ ਜਿਹੜਾ ਮੈਸਟੋ ਦਵਾਈ ਲਾਈ ਉਹ 13 ਕਿਲੋ ਨਿਕਲਿਆ ਆਲੂ, ਦੂਜਾ ਨਿਕਲਿਆ 12 ਕਿਲੋ। ਫਿਰ ਅਸੀਂ ਉਹਦੀ ਗੁਣਵੱਤਾ ਦੇਖੀ ਕਿ ਉਹਦੇ ਵਿੱਚ ਬੀਜ ਦੀ ਜਿਹੜੀ ਗਿਣਤੀ ਜ਼ਿਆਦਾ ਸੀ ਮੈਸਟੋ ਦਵਾਈ ਦੇ ਵਿੱਚ, ਅਤੇ ਦੂਜੇ ਦੇ ਵਿੱਚ ਬੀਜ ਦੀ ਘੱਟ ਸੀਗੀ, ਅਤੇ ਦੂਜੇ ਦੇ ਵਿੱਚ ਆਲੂ ਜਿਹੜਾ ਸੀ ਉਹ ਪਾਟਿਆ ਵੀ ਸੀਗਾ ਅਤੇ ਮੈਸਟੋ ਦਵਾਈ ਵਿੱਚ ਜਿਹੜਾ ਉਹ ਕਰੈਕਿੰਗ ਬਿਲਕੁਲ ਨਹੀਂ ਸੀਗੀ, ਅਤੇ ਇਸ ਕਰਕੇ ਜਿਹੜੀ ਆ ਮੈਸਟੋ ਦਵਾਈ ਦਾ ਸਾਨੂੰ ਤਾਂ ਇਹਦਾ ਬਹੁਤ ਵਧੀਆ ਰਿਜ਼ਲਟ ਲੱਗਾ ਵਾ। ਅੱਜ ਦਾ ਸਮਾਂ ਕਿਲੋਆਂ 'ਚ ਨਹੀਂ, ਕਾਮਯਾਬੀ ਤੋਲਣ ਦਾ।